ਹਾਂਜੀ ਸਤਿ ਸ਼੍ਰੀ ਅਕਾਲ ਜੀ। ਵਾਈਟ ਹਿਲ ਸਟੂਡੀਓ ਤੋਂ ਮੈਂ ਤੁਹਾਡਾ ਆਪਣਾ ਦੋਸਤ ਗੁਰਮੁਖ ਗਿੰਨੀ, ਅਤੇ ਹੁਣ ਤੁਹਾਡੀ ਮੈਂ ਜਿਹਦੇ ਨਾਲ ਮੁਲਾਕਾਤ ਕਰਵਾਉਣ ਜਾ ਰਿਹਾ। ਮੈਂ ਟ੍ਰੇਲਰ ਦੇਖਿਆ ਹੁਣ ਇੱਕ ਮੂਵੀ ਦਾ, ਫਿਲਮ ਦਾ ਨਾਮ ਸੀ ਬੋਧ, ਅਤੇ ਟ੍ਰੇਲਰ ਦੇ ਵਿੱਚ ਕਾਫੀ ਇੱਕ ਬੜਾ ਹੀ ਸੈਂਸਿਟਿਵ ਮੁੱਦਾ ਛੇੜਿਆ ਗਿਆ, ਅਤੇ ਮੈਨੂੰ ਤਾਂ ਬਹੁਤ ਭਾਇਆ। ਅਤੇ ਆਪਾਂ ਉਸ ਫਿਲਮ ਦੇ ਨਿਰਦੇਸ਼ਕ ਨਾਲ ਬੈਠੇ ਹਾਂ, ਸੌਰਾਬ ਸਿੰਘ ਨਾਲ। ਸਰ ਬਹੁਤ ਬਹੁਤ ਸਵਾਗਤ ਹੈ ਜੀ ਵਾਈਟ ਹਿਲ ਸਟੂਡੀਓ ਦੇ ਵਿੱਚ। ਬੋਧ, ਬੋਧ ਮਤਲਬ ਗਿਆਨ? ਹਾਂਜੀ, ਬੋਧ ਦਾ ਮਤਲਬ ਰਿਅਲਾਈਜੇਸ਼ਨ, ਕਿਸੇ ਚੀਜ਼ ਦਾ ਗਿਆਨ ਹੋਣਾ, ਜਿਹੜਾ ਗਿਆਨ ਤੁਹਾਨੂੰ ਆਪਣੇ ਅੰਦਰੋਂ ਮਿਲਦਾ, ਚਾਹੇ ਉਹ ਕਿਸੇ ਕਿਤਾਬ ਨੂੰ ਪੜ੍ਹ ਕੇ ਮਿਲੇ ਜਾਂ ਤੁਹਾਡੇ ਜ਼ਿੰਦਗੀ ਦੇ ਕਿਸੇ ਤਜਰਬੇ ਦੇ ਨਾਲ ਮਿਲੇ। ਅਤੇ ਫਿਲਮ ਤੋਂ ਵੀ ਆਈ ਥਿੰਕ ਜਿਹੜਾ ਕਹਿੰਦੇ ਨੇ ਕਿ ਐਂਟਰਟੇਨਮੈਂਟ ਦੇ ਨਾਲ ਨਾਲ ਜਿਹੜੀ ਸਿੱਖਿਆ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਹਾਂਜੀ, ਅਤੇ ਫਿਲਮ ਦੇ ਵਿੱਚ ਜਿੰਨਾ ਕੁ ਮੈਂ ਟ੍ਰੇਲਰ ਦੇਖਿਆ, ਜਿੰਨੀ ਕੁ ਮੈਨੂੰ ਸਮਝ ਆਈ, ਉਹਦੇ ਵਿੱਚ ਕਾਸਟਿਜ਼ਮ ਐਂਡ ਰੇਸਿਜ਼ਮ ਦੀ ਗੱਲ ਕੀਤੀ ਗਈ। ਹਾਂਜੀ, ਇਸ ਫਿਲਮ ਦੇ ਵਿੱਚ ਜਾਤੀਵਾਦ ਦੀ ਜਿਹੜੀ ਇੱਕ ਮੁਸੀਬਤ ਜਾਂ ਕੋਈ ਪਰੇਸ਼ਾਨੀ ਕਹਿ ਲਈਏ ਜਿਹਨੂੰ ਅਸੀਂ, ਸਾਡੇ ਸਮਾਜ ਦੇ ਵਿੱਚ ਹੈਗੀ ਹੈ, ਉਹਦੇ ਬਾਰੇ ਗੱਲ ਕੀਤੀ ਗਈ ਹੈ। ਸਾਡਾ ਜਿਹੜਾ ਨਜ਼ਰੀਆ ਲੋਕਾਂ ਦੇ ਪ੍ਰਤੀ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ ਜਾਂ ਕਿਸੇ ਵੀ ਜਾਤ ਦੇ ਹੋਣ, ਕਿਵੇਂ ਅਸੀਂ ਵਿਤਕਰਿਆਂ ਦੇ ਵਿੱਚ ਵੰਡੇ ਹੋਏ ਹਾਂ, ਇੱਕ ਦੂਜੇ ਦੇ ਨਾਲ ਇਨਸਾਨੀ ਰਿਸ਼ਤਾ ਸਾਡਾ ਘੱਟ ਹੈ, ਪਰ ਅਸੀਂ ਵੱਖਰੇ ਵੱਖਰੇ ਧਰਮਾਂ ਦੇ ਅਤੇ ਜਾਤੀਆਂ ਦੇ ਵਿੱਚ ਵੰਡੇ ਹੋਏ ਹਾਂ। ਬੋਧ ਜਿਵੇਂ ਤੁਹਾਡੀ ਇਹ ਪਹਿਲੀ ਫਿਲਮ ਹੈ ਰਾਈਟ ਜੀ, ਅਤੇ ਇਦੋਂ ਪਹਿਲਾਂ ਵੀ ਜਾਤੀਵਾਦ ਨੂੰ ਲੈ ਕੇ ਆਈ ਥਿੰਕ ਹੋਰ ਵੀ ਫਿਲਮਾਂ ਬਣੀਆਂ ਹੋਣਗੀਆਂ। ਹਾਂਜੀ, ਅਤੇ ਤੁਹਾਡੇ ਧਿਆਨ ਦੇ ਵਿੱਚ ਵੀ ਹੋਏਗਾ ਕਿ ਮੈਂ ਜਾਤੀਵਾਦ ਦਾ ਜਿਹੜਾ ਵਿਸ਼ਾ ਹੈ ਨਾ, ਬਹੁਤ ਸੈਂਸਿਟਿਵ ਮੁੱਦਾ ਜਿਵੇਂ, ਅਤੇ ਤੁਸੀਂ ਇਹਨੂੰ ਆਪਣੇ ਮਾਇੰਡ ਦੇ ਵਿੱਚ ਸੋਚਿਆ ਹੋਊਗਾ ਇੱਕ ਨਿਰਦੇਸ਼ਕ ਹੋਣ ਦੇ ਨਾਤੇ ਕਿ ਮੈਂ ਅਲੱਗ ਦਿਖਾਉਣਾ, ਤਾਂ ਕਿਵੇਂ ਚੀਜ਼ਾਂ ਨੂੰ ਤੁਸੀਂ ਓਬਜ਼ਰਵ ਕਰਕੇ ਇਸ ਫਿਲਮ ਦੇ ਵਿੱਚ ਲਿਆਉਂਦਾ ਕਿ ਉਹ ਬਾਕੀ ਫਿਲਮਾਂ ਨਾਲੋਂ ਜਿਹੜੀਆਂ ਪਹਿਲਾਂ ਜਾਤੀਵਾਦ ਦੇ ਉੱਪਰ ਜਾਂ ਰੇਸਿਜ਼ਮ ਦੇ ਉੱਪਰ ਬਣ ਚੁੱਕੀਆਂ ਨੇ, ਉਹਦੇ ਨਾਲੋਂ ਥੋੜ੍ਹੀ ਜਿਹੀ ਅਲੱਗ ਦਿਖੇ? ਮੈਂ ਜਦੋਂ ਕਹਾਣੀ ਕਹਿਣਾ ਚਾਹੁੰਦਾ ਸੀ, ਜਦੋਂ ਮੈਂ ਲਿਖਦਾ ਸੀ, ਮੇਰਾ ਮਕਸਦ ਇਹ ਸੀ ਕਿ ਮੈਂ ਇੱਕ ਕਹਾਣੀ ਕਹਾਂ, ਪਰ ਕਹਾਣੀ ਕੋਈ ਸੰਜੀਦਾ ਵਿਸ਼ੇ 'ਤੇ ਹੋਵੇ, ਕੋਈ ਸੰਜੀਦਾ ਟੋਪਿਕ ਹੋਵੇ, ਸੀਰੀਅਸ ਟੋਪਿਕ ਹੋਵੇ, ਔਰ ਉਹਦੇ ਥਰੂ ਕੋਈ ਮੈਸੇਜ ਹੋਵੇ। ਐਂਟਰਟੇਨਮੈਂਟ, ਆਫਕੋਰਸ ਐਂਟਰਟੇਨਮੈਂਟ ਬਹੁਤ ਜ਼ਰੂਰੀ ਹੈ ਕਿਸੇ ਵੀ ਫਿਲਮ ਦੇ ਵਿੱਚ, ਪਰ ਉਹਦੇ ਨਾਲ ਕੋਈ ਸੋਸ਼ਲ ਮੈਸੇਜ ਵੀ ਹੋਵੇ ਤਾਂ ਸੋਨੇ 'ਤੇ ਸੁਹਾਗਾ ਹੋ ਜਾਂਦਾ। ਜਾਤੀਵਾਦ 'ਤੇ ਪਹਿਲੇ ਵੀ ਬਹੁਤ ਫਿਲਮਾਂ ਬਣੀਆਂ, ਸਾਈ ਰਾਤ ਪਿਛਲੇ ਸਾਲ ਆਈ, ਬਹੁਤ ਵੱਡੀ ਹਿੱਟ ਮੂਵੀ ਸੀਗੀ ਮਹਾਰਾਸ਼ਟਰ ਦੇ ਵਿੱਚ, ਔਰ ਉਸੇ ਤਰਜ਼ 'ਤੇ ਵਾਈਟ ਹਿਲ ਦੀ ਮੂਵੀ ਚੰਨਾ ਮੇਰੀਆ ਵੀ ਆਈ, ਲੋਕਾਂ ਨੇ ਬਹੁਤ ਪਸੰਦ ਕੀਤੀ। ਚੰਨਾ ਮੇਰੀਆ ਦੇ ਵਿੱਚ ਦਾਸ ਵੀ ਸੀ। ਅੱਛਾ ਜੀ, ਸੌਰੀ, ਮੈਂ ਸਾਈ ਰਾਤ ਦੇਖੀ ਹੈ, ਚੰਨਾ ਮੇਰੀਆ ਮੈਂ ਨਹੀਂ ਦੇਖੀ। ਅਤੇ ਉਹ ਜਿਹੜੇ ਤਿੰਨ ਮੁੰਡੇ ਸੀ ਉਹਦੇ ਵਿੱਚੋਂ, ਚਲੋ ਖੈਰ ਉਹ ਤਾਂ ਬਾਅਦ ਦੀ ਗੱਲ ਹੈ ਨਾ। ਅਤੇ ਆਪਾਂ ਜਿਵੇਂ ਤੁਸੀਂ ਬੋਧ ਫਿਲਮ ਬਣਾਈ, ਇਹ ਸ਼ੋਰਟ ਮੂਵੀ ਹੈ ਨਾ, ਰਾਈਟ, 15-20 ਮਿੰਟ ਦੀ ਆਈ ਥਿੰਕ ਜੀ, ਅਤੇ ਤੁਸੀਂ ਇਹ ਮਨ ਦੇ ਵਿੱਚ ਰੱਖਿਆ ਹੋਇਆ ਸੀ ਕਿ 15-20 ਮਿੰਟ ਦੀ ਬਣਾਉਣੀ ਹੈ, ਜੇ ਫੀਚਰ ਫਿਲਮ ਲਈ ਇਹ ਸੋਚ ਰੱਖੀ ਸੀ? ਨਹੀਂ, ਇਹ ਕਹਾਣੀ ਸ਼ੁਰੂ ਤੋਂ ਹੀ ਮੈਂ ਜਦੋਂ ਲਿਖ ਰਿਹਾ ਸੀ, ਇਹ ਸ਼ੋਰਟ ਫਿਲਮ ਹੀ ਸੀਗੀ ਸ਼ੁਰੂ ਤੋਂ। ਹਾਂ, ਮੈਂ ਜਦੋਂ ਮੈਂ ਇਸ ਕਹਾਣੀ ਨੂੰ ਲਿਖ ਲਿਆ ਅਤੇ ਮੇਰੇ ਮਨ ਦੇ ਵਿੱਚ ਇਹੀ ਸੀ ਵੀ ਮੈਂ ਸ਼ੋਰਟ ਫਿਲਮ ਹੀ ਬਣਾਉਣਾ ਚਾਹੁੰਦਾ। ਆਫਕੋਰਸ ਜਦੋਂ ਅਸੀਂ ਇਹਨੂੰ ਸ਼ੂਟ ਕੀਤਾ ਅਤੇ ਇਹਦੀ ਟ੍ਰੀਟਮੈਂਟ ਜਿਹੜੀ ਸੀਗੀ ਕਿਸੇ ਫੀਚਰ ਫਿਲਮ ਤੋਂ ਘੱਟ ਨਹੀਂ ਸੀ, ਪੂਰੇ ਸਿਨੇਮੈਟਿਕ ਵੈਲਿਊਜ਼ ਦੇ ਨਾਲ। ਈਵਨ ਦਰਸ਼ਕ ਜਦੋਂ ਦੇਖਣਗੇ ਵੀ ਇਸ ਫਿਲਮ ਨੂੰ, ਉਹਨਾਂ ਨੂੰ ਪਤਾ ਲੱਗੇਗਾ ਕਿ ਇੱਕ ਅੱਛੇ ਟੀਮ ਦੇ ਨਾਲ ਇੱਕ ਵਧੀਆ ਤਰੀਕੇ ਦੇ ਨਾਲ ਚੀਜ਼ ਪੇਸ਼ ਕੀਤੀ ਗਈ। ਤਾਂ ਹੀ ਮਤਲਬ ਵਾਈਟ ਹਿਲ ਸਟੂਡੀਓ ਨੂੰ ਤਾਂ ਹੀ ਤੁਸੀਂ ਇਹ, ਹਾਂਜੀ, ਅਪਰੋਚ ਕੀਤੀ ਜਾਂ ਵਾਈਟ ਹਿਲ ਪ੍ਰੋਡਕਸ਼ਨਸ, ਵਾਈਟ ਹਿਲ ਸਟੂਡੀਓਜ਼ ਦੀ ਇੱਕ ਵੱਖਰੀ ਥਾਂ ਆ ਪੰਜਾਬੀ ਸਿਨੇਮੇ ਦੇ ਵਿੱਚ, ਬਹੁਤ ਹੀ ਅੱਛਾ ਕੰਮ ਦਾ ਰੈਕਰਡ ਹੈ ਉਹਨਾਂ ਦਾ। ਔਰ ਜਦੋਂ ਮੈਂ ਆਪਦੀ ਪਹਿਲੀ ਸ਼ਾਰਟ ਫਿਲਮ ਕਰਨਾ ਚਾਹੁੰਦਾ ਸੀ, ਮੈਂ ਚਾਹੁੰਦਾ ਸੀ ਕਿ ਜੋ ਵੀ ਬਿਜ਼ਨਸ ਦੇ ਵਿੱਚ ਬੈਸਟ ਆ, ਮੈਂ ਉਹਨਾਂ ਦੇ ਨਾਲ ਹੀ ਕੰਮ ਕਰਾਂ, ਔਰ ਮੈਂ ਲੱਕੀ ਹਾਂ ਵੀ ਮੈਂ ਆਪਦੀ ਇਸ ਫਿਲਮ ਨੂੰ ਵਾਈਟ ਹਿਲ ਦੇ ਨਾਲ ਕਰ ਸਕਿਆ। ਤਾਂ ਜਿਵੇਂ ਸੁਰਾਬ ਸਰ ਨੇ ਦੱਸਿਆ ਕਿ ਕੋਨਸੈਪਟ ਇਹਨਾਂ ਦਾ ਕਲੀਅਰ ਸੀ, ਪਹਿਲਾਂ ਹੀ ਇਹਨਾਂ ਦੇ ਮਨ ਦੇ ਵਿੱਚ ਸੀਗਾ ਕਿ ਮੈਂ ਇਹਨੂੰ ਲੈ ਕੇ ਸ਼ੋਰਟ ਮੂਵੀ ਹੀ ਬਣਾਵਾਂਗਾ, ਅਤੇ ਜਦੋਂ ਕੋਨਸੈਪਟ ਕਲੀਅਰ ਹੋਵੇ ਤਾਂ ਕੰਮ ਆਪਣੇ ਆਪ ਹੀ ਵਧੀਆ ਨਿਕਲ ਕੇ ਆਉਂਦਾ, ਉਹੀ ਗੱਲ ਇਹਨਾਂ ਨੇ ਦੱਸੀ ਹੈ। ਅਤੇ ਵਾਈਟ ਹਿਲ ਨਾਲ ਕੰਮ ਕਰਨ ਦਾ ਜਿਹੜਾ ਵੀ ਵਾਈਟ ਹਿਲ ਨੂੰ ਹੀ ਕਿਉਂ ਚੁਣਿਆ, ਉਹ ਵੀ ਇਹਨਾਂ ਨੇ ਦੱਸ ਦਿੱਤਾ। ਅਤੇ ਇਹ ਹਿੰਦੀ ਦੇ ਵਿੱਚ ਬਣਾਈ ਹੈ ਨਾ ਤੁਸੀਂ ਜੀ, ਅਤੇ ਯਾਨੀ ਕਿ ਤੁਹਾਡਾ ਕੋਨਸੈਪਟ ਇੱਥੇ ਵੀ ਕਲੀਅਰ ਹੈ ਕਿ ਤੁਸੀਂ ਹਰ ਇਨਸਾਨ ਤੱਕ ਇਹ ਕਹਾਣੀ ਪਹੁੰਚਾਉਣਾ ਚਾਹੁੰਦੇ ਹੋ? ਦੇਖੋ ਜੀ, ਮੈਂ ਇਸ ਗੱਲ ਨੂੰ ਮੰਨਦਾ ਹਾਂ ਵੀ ਕਹਾਣੀ ਕੋਈ ਵੀ ਹੋਵੇ, ਫਿਲਮ ਕੋਈ ਵੀ ਹੋਵੇ, ਉਹਨੂੰ ਜ਼ਿਆਦਾ ਤੋਂ ਜ਼ਿਆਦਾ ਜਿੰਨਾ ਅਸੀਂ
ਰਿਐਲਿਟੀ ਦੇ ਕਰੀਬ ਲਿਆ ਕੇ ਦਿਖਾਈਏ ਓਨਾ ਬੈਟਰ ਰਹਿੰਦਾ, ਓਨੀ ਇਫੈਕਟਿਵ ਰਹਿੰਦੀ ਆ। ਗੱਲ ਆਉਂਦੀ ਵੀ ਜਿਵੇਂ ਜਾਤੀਵਾਦ ਜਾਂ ਰੇਸਿਜ਼ਮ ਜਦੋਂ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਹਰਿਆਣੇ ਦੀ ਗੱਲ ਆਉਂਦੀ ਹੈ, ਹੈ ਨਾ। ਇਹ ਹਰਿਆਣਾ ਹੀ ਹਰ ਕਿਸੇ ਦੇ ਮਨ ਦੇ ਵਿੱਚ ਕਿਉਂ ਆਉਂਦਾ ਕਿ ਪੰਜਾਬ ਦੇ ਵਿੱਚ ਵੀ ਜਾਤੀਵਾਦ ਜਾਂ ਰੇਸਿਜ਼ਮ ਵਾਲੀ ਗੱਲ ਹੈ, ਜਾਂ ਕਿਸੇ ਹੋਰ ਸਟੇਟ ਦੇ ਵਿੱਚ ਜਿੱਥੇ ਜਿੱਥੇ ਤੁਸੀਂ ਘੁੰਮੇ ਹੋ ਜਾਂ ਤੁਸੀਂ ਓਬਜ਼ਰਵ ਕੀਤਾ, ਸਿਚੁਏਸ਼ਨਸ ਵੀ ਬਦਲ ਚੁੱਕੀਆਂ ਨੇ ਜਾਤੀਵਾਦ ਦੀਆਂ ਜਾਂ ਰੇਸਿਜ਼ਮ ਦੀਆਂ? ਹਰਿਆਣੇ ਦੇ ਵਿੱਚ ਜਾਤੀਵਾਦ ਦੀ ਪ੍ਰੋਬਲਮ ਹੈ, ਪਰ ਉਹ ਨਿਊਜ਼ ਦੇ ਵਿੱਚ ਰਹਿੰਦੀ ਹੈ ਇਸ ਕਰਕੇ ਲੋਕਾਂ ਨੂੰ ਪਤਾ, ਪਰ ਜਾਤੀਵਾਦ ਦੀ ਪ੍ਰੋਬਲਮ ਸਾਰੇ ਕੰਟਰੀ ਦੇ ਵਿੱਚ ਆ। ਈਵਨ ਪੰਜਾਬ ਜਿੱਥੇ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ, ਜਿੱਥੇ ਉਹਨਾਂ ਨੇ ਮਾਨਵਤਾ ਦੀ ਮੈਸੇਜ ਦਿੱਤਾ, ਉੱਥੇ ਵੀ ਅੱਜ ਤੱਕ ਇਹ ਜਾਤੀਵਾਦ ਦੀ ਪ੍ਰੋਬਲਮ ਜਿਹੜੀ ਆ ਉਹ ਐਗਜ਼ਿਸਟ ਕਰਦੀ ਆ। ਔਰ ਸਟੇਟ ਦੇ ਕੰਟਰੀ ਦੇ ਸਾਰੇ ਜਿਹੜੇ ਸਟੇਟਸ ਨੇ ਉਹਨਾਂ ਦੇ ਵਿੱਚ ਇਹ ਪ੍ਰੋਬਲਮ ਹੈਗੀ ਆ। ਸੋ ਇਹ ਅਸੀਂ ਇਕੱਲੇ ਹਰਿਆਣੇ 'ਤੇ ਨਹੀਂ ਕਹਿ ਸਕਦੇ, ਇਹ ਸਾਰੇ ਕਿਤੇ ਹੀ ਪ੍ਰੋਬਲਮ ਆ। ਵਾਕਈ ਬਹੁਤ ਸੰਜੀਦਾ ਵਿਸ਼ਾ, ਅਤੇ ਮੈਂ ਖੁਦ ਵੀ ਇਹ ਗੱਲਾਂ ਕਈ ਵਾਰੀ ਓਬਜ਼ਰਵ ਕਰਦਾ ਹੁੰਦਾ ਸਾਡੇ ਨਾਲ ਦੇ ਪਿੰਡ ਦੇ ਵਿੱਚ ਹੀ, ਕਿ ਗੁਰਦੁਆਰਾ ਜਿਵੇਂ ਕਹਿੰਦੇ ਸਭ ਗੁਰੂ ਘਰ ਸਭ ਦਾ ਸਾਂਝਾ ਹੁੰਦਾ, ਪਰ ਉੱਥੇ ਵੀ ਜਾਤ ਪਾਤ ਨੂੰ ਲੈ ਕੇ ਇੱਕ ਪਾਸੇ ਕਿਸੇ ਵੱਡੀ ਜਾਤ ਵਾਲੇ ਦਾ ਵਿਆਹ ਸੀ, ਹੈ ਨਾ, ਜੇ ਇੱਕ ਪਾਸੇ ਛੋਟੀ ਜਾਤ ਵਾਲੇ ਦਾ ਵਿਆਹ ਸੀਗਾ, ਤਾਂ ਇੱਕੋ ਦਿਨ ਵਿਆਹ ਸੀ, ਤਾਂ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਲੜ ਰਹੇ ਸੀ, ਹੈ ਨਾ। ਅਤੇ ਇਸ ਤਰ੍ਹਾਂ ਦਾ ਵਿਸ਼ਾ ਜਿਹੜਾ ਛੇੜਨਾ, ਵਾਕਈ ਗੱਲ ਕਰਨੀ ਔਖੀ ਹੋ ਜਾਂਦੀ, ਉੱਥੇ ਕੀ ਕਹੇ ਬੰਦਾ, ਹੈ ਨਾ। ਜੇ ਗੱਲ ਕਹਾਂਗੇ ਤਾਂ ਉਲਟਾ ਆਪਾਂ ਨੂੰ ਤਸ਼ੱਦਦ ਦਾ ਸ਼ਿਕਾਰ ਹੋਣਾ ਪੈਂਦਾ। ਹਾਂਜੀ, ਇਹ ਬਹੁਤ ਮੰਦਭਾਗ ਹੈ ਵੀ ਗੁਰੂ ਦੁਆਰਾ ਜਿਹੜਾ ਗੁਰੂ ਦਾ ਘਰ ਹੈ, ਉੱਥੇ ਅਸੀਂ ਜਾਤ ਪਾਤ ਨੂੰ ਲੈ ਕੇ ਲੜ ਰਹੇ ਹਾਂ, ਉਸ ਗੁਰੂ ਦੇ ਦੁਆਰ 'ਤੇ ਜਿਹੜੇ ਗੁਰੂ ਨੇ ਕਿਹਾ ਕਿ ਮਾਨਸ ਕੀ ਜਾਤ ਏ ਕੇ ਪਹਿਚਾਨੂ। ਅਤੇ ਬਹੁਤ ਮੰਦਭਾਗ ਹੈ, ਸਾਨੂੰ ਸਿੱਖਣ ਦੀ ਲੋੜ ਹੈ ਵੀ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਮੱਥਾ ਟੇਕਣ ਦੀ ਲੋੜ ਨਹੀਂ, ਉਹਨੂੰ ਪੜ੍ਹਨ ਦੀ, ਅਖਰੀ ਗਿਆਨ ਨੂੰ ਸਮਝਣ ਦੀ ਲੋੜ ਆ। ਔਰ ਉਲਟਾ ਜੇ ਕੋਈ ਛੇੜਾਂਗੇ ਤਾਂ ਕੋਈ ਸੁਣਨ ਨੂੰ ਵੀ ਤਿਆਰ ਨਹੀਂ ਹੁੰਦਾ ਕੋਈ, ਹੈ ਨਾ। ਜੇ ਆਪਾਂ ਸਭ ਧਰਮ ਬਰਾਬਰਤਾ ਦੀ ਗੱਲ ਕਰੀਏ, ਦੇਖੋ ਇਸ 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 ਕਹਾਣੀ ਦੇ ਵਿੱਚ ਵੀ ਇਹੀ ਗੱਲ ਕਹੀ ਗਈ ਆ ਵੀ ਜਦੋਂ ਅਸੀਂ ਕਿਸੇ ਨੂੰ ਕੁਛ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸ਼ਾਇਦ ਉਹ ਉਸ ਵੇਲੇ ਉਸ ਚੀਜ਼ ਨੂੰ ਐਕਸੈਪਟ ਨਹੀਂ ਕਰਦਾ, ਪਰ ਜਦੋਂ ਜ਼ਿੰਦਗੀ ਦੇ ਆਪਦੇ ਤਜਰਬੇ ਉਹਦੇ ਹੁੰਦੇ ਆ, ਉਦੋਂ ਉਸ ਗੱਲ ਨੂੰ ਐਕਸੈਪਟ ਕਰਦਾ। ਇਹਦੇ ਜਿਹੜਾ ਮੁੱਖ ਪਾਤਰ ਆ ਸੁਸ਼ੀਲ ਕੁਮਾਰ, ਉਹ ਵੀ ਇੱਕ ਇਹੋ ਜਿਹੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਬਚਪਨ 'ਚੋਂ ਗੁਜ਼ਰਿਆ ਜਿੱਥੇ ਉਹਦੇ ਨਾਲ ਵਿਤਕਰਾ ਹੁੰਦਾ, ਔਰ ਉਹਦੀਆਂ ਪਰਿਸਥਿਤੀਆਂ ਇਹੋ ਜਿਹੀ ਬਦਲਦੀਆਂ ਵੀ ਉਹ ਵਾਪਸ ਉਸ ਪਿੰਡ ਦੇ ਵਿੱਚ ਆਪਣੇ ਜਵਾਨੀ ਦੇ ਦਿਨਾਂ ਦੇ ਵਿੱਚ ਪਹੁੰਚਦਾ, ਜਦੋਂ ਉਹਦੇ ਕੋਲ ਇੱਕ ਸਮਾਜਿਕ ਮੁਕਾਮ ਹੈਗਾ, ਉਹ ਇੱਕ ਉੱਚੇ ਪਦ ਤੱਕ ਪਹੁੰਚ ਚੁੱਕਿਆ, ਅਤੇ ਉਹ ਉਸੇ ਉਸੇ ਤਰੀਕੇ ਦੇ ਹਾਲਾਤਾਂ ਦੇ ਵਿੱਚ ਫਿਰ ਵਾਪਸ ਪਹੁੰਚਦਾ, ਪਰ ਇਸ ਟਾਈਮ ਉਹਨੂੰ ਕੀ ਅੱਗੇ ਦੇਖਣ ਨੂੰ ਮਿਲਦਾ, ਇਸ 'ਤੇ ਡਿਪੈਂਡ ਕਰਦਾ ਵੀ ਉਹ ਆਪਦੀ ਸੋਚ ਨੂੰ ਕਿੱਧਰ ਲੈ ਕੇ ਜਾ ਰਿਹਾ। ਅਤੇ ਜਦੋਂ ਤੁਸੀਂ ਇਹ ਫਿਲਮ ਬਣਾ ਰਹੇ ਸੀਗੇ ਨਿਰਦੇਸ਼ਕ ਹੋਣ ਦੇ ਨਾਤੇ, ਜਦੋਂ ਇਹ ਚੀਜ਼ਾਂ ਨੂੰ ਤੁਸੀਂ ਇੱਕ ਸ਼ੂਟ ਕਰਨਾ ਸੀ, ਹੈ ਨਾ, ਬਿਆਨ ਕਰਨਾ ਸੀ, ਜਿਵੇਂ ਆਪਾਂ ਹੁਣੇ ਗੱਲ ਕੀਤੀ ਕਿ ਜੇ ਆਪਾਂ ਕਿਸੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ, ਬਰਾਬਰਤਾ ਦੀ ਗੱਲ ਕਰੀਏ, ਅਗਲਾ ਸੁਣਨ ਨੂੰ ਤਿਆਰ ਨਹੀਂ ਹੁੰਦਾ, ਹੈ ਨਾ। ਜਿਵੇਂ ਕਿਸੇ ਕੋਈ ਵੀ ਜਾਤ ਪਾਤ ਨੂੰ ਲੈ ਕੇ ਹਰ ਬੰਦਾ ਆਪਣੀ ਜਾਤ ਨੂੰ ਮਹਾਨ ਦੱਸਦਾ, ਅਤੇ ਜਾਂ ਜੋ ਵੀ ਇਹਦੇ ਵਿੱਚ ਤੁਸੀਂ ਦਿਖਾਇਆ ਉਹਦੇ ਵਿੱਚ ਕਿਤੇ ਨਾ ਕਿਤੇ ਮਾਨਸਿਕ ਤੌਰ 'ਤੇ ਤੁਹਾਨੂੰ ਆਇਆ ਕਿ ਜੇ ਮੈਂ ਇਹ ਚੀਜ਼ ਦਿਖਾਵਾਂਗਾ ਕਿਤੇ ਯਾਰ ਦਰਸ਼ਕਾਂ ਨੂੰ ਇਹ ਗਲਤ ਨਾ ਲੱਗੇ, ਜਾਂ ਉਹਨੂੰ ਦਿਖਾਉਣ ਦੇ ਲਈ ਤੁਹਾਨੂੰ ਥੋੜ੍ਹਾ ਬਹੁਤਾ ਸੋਚਣਾ ਪਿਆ, ਜਾਂ ਤੁਸੀਂ ਜੋ ਸੋਚਿਆ ਸੀ ਉਹੀ ਦਿਖਾਇਆ? ਦੇਖੋ ਜੀ, ਮੈਨੂੰ ਇਹ ਲੱਗਦਾ ਵੀ ਐਜ਼ ਏ ਫਿਲਮ ਮੇਕਰ ਜੇ ਮੈਂ ਆਪਦੇ ਵੈਲਿਊਜ਼ 'ਤੇ ਕੰਪਰੋਮਾਈਜ਼ ਕਰੂੰਗਾ ਤਾਂ ਇਹ ਮੇਰੀ ਫਿਲਮ ਦੇ ਨਾਲ ਵੀ ਮੈਂ ਜਸਟਿਸ ਨਹੀਂ ਕਰੂੰਗਾ। ਮੇਰਾ ਕੰਮ ਹੈ ਸਮਾਜ ਨੂੰ ਦਰਪਣ ਦਿਖਾਉਣਾ, ਕੀ ਅਕਸ ਉੱਭਰ ਕੇ ਆਉਂਦਾ ਇਹ ਸਮਾਜ 'ਤੇ ਨਿਰਭਰ ਕਰਦਾ, ਉਹਨੂੰ ਪਸੰਦ ਕਰਦੇ ਨਾ ਪਸੰਦ ਕਰਦੇ ਆ ਉਹ ਮੇਰੀ ਫਿਕਰ ਨਹੀਂ ਆ। ਯਾਨੀ ਜੇ ਉਹ ਚੀਜ਼ ਗਲਤ ਹੈ ਤਾਂ ਇਹ ਸਮਾਜ ਨੂੰ ਆਪਣੇ ਆਪ ਨੂੰ ਸੁਧਾਰਨ ਦੀ ਲੋੜ ਆ। ਮੈਂ ਆਪਦੀ ਪ੍ਰੋਜੈਕਟ 'ਤੇ ਆਪਦੀ ਫਿਲਮ 'ਤੇ ਕਦੇ ਵੀ ਕੰਪਰੋਮਾਈਜ਼ ਇਸ ਕਰਕੇ ਨਹੀਂ ਕਰੂੰਗਾ ਕਿ ਕਿਸੇ ਨੂੰ ਉਹ ਚੀਜ਼ ਨਹੀਂ ਪਸੰਦ ਆ। ਯਾਨੀ ਕਿਸੇ ਕਿਸਮ ਦਾ ਡਰ ਇੱਕ ਵਾਰ ਨਹੀਂ, ਬਿਲਕੁਲ ਨਹੀਂ। ਜੇ ਮੈਂ ਆਹ ਚੀਜ਼ ਦਿਖਾਵਾਂਗਾ ਖੁੱਲ੍ਹ ਕੇ ਦਿਖਾਵਾਂਗਾ ਤਾਂ ਰੋਕ ਵੀ ਲੱਗ ਸਕਦੀ ਹੈ, ਹੈ ਨਾ। ਨਹੀਂ ਤਾਂ ਜਾਂ ਥੱਲੇ ਕਮੈਂਟਸ ਦੇ ਵਿੱਚ ਗਾਲਾਂ ਵੀ ਖਾਣੀਆਂ ਪੈ ਸਕਦੀਆਂ ਨੇ, ਹੈ ਨਾ। ਕਈ ਵਾਰੀ ਬਿਲਕੁਲ ਤਿਆਰ ਦੇਖਦੇ ਹਾਂ, ਹੈ ਨਾ, ਬਿਲਕੁਲ ਤਿਆਰ। ਚਲੋ ਇਹ ਬਹੁਤ ਹੀ ਵਧੀਆ ਗੱਲ ਕੀਤੀ ਇਹਨਾਂ ਨੇ, ਸੈਂਸਿਟਿਵ ਮੁੱਦਾ ਜਿਹੜਾ ਛੋਹਿਆ। ਅਤੇ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੀ ਜਿਸ ਤਰ੍ਹਾਂ ਤੁਸੀਂ ਮੂਵੀ ਬਣਾਈ ਹੈ, ਅੱਗੇ ਜਾ ਕੇ ਵੀ ਇੱਦਾਂ ਹੀ ਸੈਂਸਿਟਿਵ ਮੁੱਦੇ ਹੀ ਚੱਕਣਾ ਚਾਹੋਗੇ, ਜਾਂ ਨੈਕਸਟ ਮੂਵੀ ਤੁਸੀਂ ਹੋਰ ਵਿਸ਼ੇ 'ਤੇ ਕਰਨਾ ਚਾਹੋਗੇ, ਜਾਂ ਇਹੀ ਕੁਆਲਿਟੀ ਵਾਈਜ਼ ਜਿਹੜੀ ਕੁਆਲਿਟੀ ਤੁਸੀਂ ਇਸ ਮੂਵੀ ਦੇ ਵਿੱਚ ਦਿੱਤੀ, ਜਿੰਨਾ ਕੁ ਮੈਂ ਟ੍ਰੇਲਰ ਦੇਖਿਆ, ਜਿੰਨਾ ਸੈਂਸਿਟਿਵ ਮੁੱਦਾ ਤੁਸੀਂ ਛੋਹਿਆ, ਇਸ ਤਰ੍ਹਾਂ ਦੀ ਮੂਵੀ ਕਰਨਾ ਚਾਹੋਗੇ? ਦੇਖੋ ਜੀ, ਫਿਲਮ ਮੇਕਰਸ ਬਹੁਤ ਸਾਰੇ ਪੰਜਾਬ ਦੇ ਵਿੱਚ ਹੈਗੇ ਆ, ਮੈਂ ਪਹਿਲਾਂ ਨਹੀਂ ਜਿੰਨੇ ਕੋਈ ਸੀਰੀਅਸ ਟੋਪਿਕ 'ਤੇ ਫਿਲਮ ਬਣਾਈ ਆ। ਬਹੁਤ ਸਾਰੇ ਫਿਲਮ ਮੇਕਰਸ ਹੈਗੇ ਆ ਔਰ ਉਹ ਸੈਂਸਿਟਿਵ ਫਿਲਮਸ ਬਣਾਉਂਦੇ ਰਹਿੰਦੇ ਆ, ਈਵਨ ਦੋ ਉਹਦੀ ਮਾਰਕੀਟ ਬਹੁਤ ਵੱਡੀ ਨਹੀਂ ਹੁੰਦੀ, ਪਰ ਉਹ ਆਪਦੀ ਲੜਾਈ ਲੜਦੇ ਰਹਿੰਦੇ ਆ। ਮੈਂ ਵੀ ਇੱਕ ਫਿਲਮ ਬਣਾਈ ਆ, ਅੱਗੇ ਵੀ ਫਿਲਮਾਂ ਬਣਾਊਂਗਾ, ਪਰ ਹੋ ਸਕਦਾ ਕਿ
क्योंकि मैं डिफरेंट डिफरेंट प्रोजेक्ट्स से कम करना चाहुंदा, हो सकदा अगली फिल्म मैं कॉमेडी फिल्म बनावा या हो सकदा एक एक्शन फिल्म होवे, पर यह जरूर है भी जो जी भी मैं फिल्म करूँगा उसके विच किते ना किते किसी समाजिक पहलू नूं छूण दी कोशिश जरूर करूँगा। वैसे ना जो मैं ट्रेलर देखा तो जिन्या आप गल्लां बात आपस दे विच सांझियां कीतियां ने, ये सांझे करन तों बाद कई बार कई गल्लां याद आ जांदियां ने, है ना। तो मैंने एक गल जिवें मैं गुरुद्वारे की गल की, एक गल मैं होर याद आ रही है। एक बार ना मेरे नाल मुंडा बैठा सी एक, है ना, हो सकता निर्देशक के तौर पर तुम भी इदा दल्ला सोचिया हो, तो फोन उन्हें फोन लाया, फोन पर कहता हैलो मैं गुरमीत बोलदा, कोई जो भी नाम से गुरमीत बोलिया, गुरमीत बोलदा अगों आ जाइए कि गुरमीत कहता जो मैं पंजाब स्कूल सिक्ख्या बोर्ड से काम करता मैं, वो गुरमीत कहता ना यार पहचाना नहीं, कहता गुरमीत बाजी कर यार, हालांकि उन्हें लफज़ बोलिया वो फिर उन्हें पहचाने। यानी कि आप अपने आप को किसी ना किसी जात न लगा के माण महसूस करते हैं। ये कई बार आप फेसबुक के भी यहो जे जे जी फेसबुक फेकबुक बहुत जो फेसबुक ही विद्वान ने, वो भी इन्होंने गलों में लैके अपने आप को साबित करने की कोशिश करते हैं। तो तुम भी इस तरह का कोई चीज़ दिखाने की कोशिश की फिल्म के? एक पिंड की कहानी है जिते कि लोग हाले बड़ी बेसिक लड़ाइया लड़ रहे हैं, एजुकेशन की, रोज़गार की, औरतों की सुरक्षा बारे। सो उत्ते तकनीकी फेसबुक या कंप्यूटर की यह जी कोई गल तो नहीं हैगी, पर बहुत सारिया होर यहोजे पहलू है जिते जो कि आम आदमी आपकी लाइफ के रिलेट कर सकता। ये बिल्कुल सही किया भी असी जिहड़ा जातिवाद का कोड आ ये बहुत फैलिया होया, भावें फेसबुक होवे, भावें सोशल मीडिया होवे या कुछ भी होवे, हाँ ये जातिवाद हर जगह फैलिया होया। सो होपफुली लोग फिल्म नूं देख के थोड़ा जिहा रियलाइज़ करनगे कि सानूं इन्हां गल्लां तों हुण किनारा करन दी लोड़ आ, ते मानवता दी गल नूं अग्गे रखण दी लोड़ आ। मानवता दी आपां गल कीती, मानवता दी याद आया मानव विच मन विच जी नूं ही तुसीं क्यों डिसाइड कीता फिल्म दे विच? जिहड़ा मुख किरदार है सुशील दा इस फिल्म दे विच, ओह बहुत औखे हालातों के लंघ के एक मुकाम तक पहुँचता, पर वो औखे हालातों के लंघन के बावजूद भी एक अच्छा इंसान है। वो आपदे हालातों के करके चेंज नहीं होंदा, आपदे नेड़े तेड़े गंदगी देखने के बावजूद वो आपदे जमीर नूं गंदा नहीं होने दिंदा। मैनू लगता मानव दे विच भी ओहो जिहियां क्वालिटीज़ हैगियां। वो एक बहुत ही सक्षम अभिनेता ने, उन्होंने बहुत चंगीयां फिल्मां कीतियां और उन्होंने व्यक्तित्व दे विच भी एक अच्छाई आ जो कि मैनू लगता सुशील की अच्छाई दे नाल बहुत रलदी सीगी। इस करके मैनू लग्या कि मानव ही सब तो फिट बैठणगे इस किरदार दे विच। ते फिल्म रिलीज़ हो रही है 6 नवंबर जी, 6 नवंबर सवेरे 11 बजे वाइट हिल म्यूजिक के यूट्यूब चैनल पर यह फिल्म रिलीज़ होएगी। तो 6 नवंबर सवेरे 11 बजे वाइट हिल के यूट्यूब चैनल पर यह फिल्म रिलीज़ हो रही है जिड़ी कि मानवता की गल कर रही है। जात पात का जोड़ा कोड है या रेसिजम का जोड़ा कोड है उन्होंने व्ढण के लिए बहुत व्डा उपराला है, तो बड़ा सेंसटिव मुद्दा है। तो सेंसटिव मुद्दे को दिखाया किस तरह ये तुम अपने आप पता लग जाएगा 6 नवंबर सवेरे 11 बजे। सारे दर्शकों को अपील है कि खास तौर पर फिल्म देखी जाए क्योंकि डायरैक्टर साहब जिस तरह जिनी गंभीरता नाल बोल रहे हैं तो वाकई इन्ना गंभीर होने की लौड़ भी है फिल्मों लैके गंभीर होने की लड़ है। वैसे जिंदगी दे विच भी गंभीरता की बहुत लड़ है, जिन्ना मर्जी हस खेड़ लीए सीरीयसनैस इज मोस्ट इंपोर्टेंट। जिन्ना कुछ मुद्दे तो सू गंभीर होने की लड़ है, तो जाते जाते हर दर्शकों तुम की कहना चाहोगे? मैं तो बस यही कहूँगा कि अपनी फिल्म देखो और एक झात आपके आले दुआले मार के देखो कि जिंदगी किस रुख जा रही है, असी की कर रहे हैं। सानू रुक के सोचने की लोड़ है कि कुछ कुरीतियाँ जिहड़ी साडे समाज दे विच आईयां होईयां इन्हां तों असी किवें निजात पाउणी है और किवें असी मानवता दे पद्धर नूं होर उच्चा कर सकदे। तो साढ़े नाल जुड़े से सहराब सर जिन्होंने कि बहुत मूवी बनाई है, तो बहुत तो तुहानू जो तुसीं पहले ट्रेलर देख लो, ट्रेलर जरूर देखियो, तो 6 नवंबर सवेरे 11 बजे पूरी मूवी भी देखियो जिहड़ी कि मानवता की गल कर रही है। जिंदगी बहुत खूबसूरत है,
ये दिखाने की कोशिश की गई है कि कुछ भी बने मुबारक है, पहला बस इंसान बनो, इंसानियत की गल की गई। तो तुम जी फिल्म बारे साढ़े नाल गल्लां बातें कीतियां, बहुत बहुत शुक्रिया। डेफिनेटली सारे फिल्म देखेंगे। आप एक बार कहना 6 नंबर सवेरे 11 बजे कौन सी फिल्म है जी? बोथ। सत श्री अकाल जी।